स्वागत करदा वीर ते पैना दा तुहाडे आप दे यूट्यूब चैनल दे उत्ते। ते अज मैं तुहाडे लई नवीं भर्ती दा नोटिफिकेशन लैके आया हां, जिहदे विच अज असी दसन जा रहे हां तुहानू जिहड़ियां नवीं पोस्टां आउट होईयां ने, जो कि 1000 तों उपर पोस्टां ने। मैं इस वीडियो विच पूरा डिटेल च गल करांगे। दो अलग अलग नोटिफिकेशन असी अज दी वीडियो च डिस्कस करन जा रहे हां जी। तो वीडियो नूं एंड तक देखियो ते नाल दी नाल बैल आइकन वी दबा दिओ, जिहड़ा नाल तुहानू जिहड़ा हर एक नोटिफिकेशन टाइम ते मिलदा रहेगा। चैनल नूं सबसक्राइब जरूर करिओ जी, वीडियो नूं लाइक कर दिओ, और अगर तुहानू ये वीडियो थोड़ी बहुत ही फायदेमंद लगे तो अपने दोस्तों यारां बेलियां दे नाल शेयर जरूर कर दिओ। उहदे नाल साडी थोड़ी जी मदद हो जाएगी और समा रहिंदे असी इहदे लई अप्लाई कर पावांगे जी। और दसना चाहवांगा इहदे लई जिहड़े नोटिफिकेशन हुंदे ने उह असी अपनी वैब अपने चैनल ते अपडेट करदे ही रहिंदे आ। तुसीं साडे चैनल ते जाके होर भी जिहड़े नवें अपडेट आए ने उह भी चैक कर लवो। ते मैं तुहानू हुण लै चलदा जी पहले नोटिफिकेशन ते। तो पहला नोटिफिकेशन जिहड़ा आउट कीता गया जी, बाबा फरीद यूनिवर्सिटी हैल्थ एंड साइंस फरीदकोट वल्लों, जिहदे विच दो नोटिफिकेशन ने। पहला हैगा जी 30 पोस्टां जिहड़ी कि स्टाफ नर्स दियां ने रेगुलर बेसिस ते ने, जो कि BFU 21/2 दा जिहड़ा हैगा नोटिफिकेशन नंबर दे अंडर जिहड़े ने आउट कीतियां गईआं ने, जो कि GGS मेडिकल कॉलेज हॉस्पिटल फरीदकोट दे लई आउट होईआं ने। इस दे विच जिहड़े डिटेल है 30 पोस्टां दा, जनरल वालिआं लई 9 पोस्टां ने जी, उस तों बाद जनरल फीमेल वालिआं लई 4, उस तों बाद जनरल EWS 2, जनरल EWS फीमेल 1, SCMB ਦੇ ਲਈ ਜਿਹੜੇ ਆ ਜੀ 2, ਔਰ SCRO ਦੇ ਲਈ 1, SCMB ਫੀਮੇਲ ਦੇ ਲਈ 1, SCRO ਫੀਮੇਲ ਦੇ ਲਈ 1, BC ਦੇ ਲਈ 2, BC ਫੀਮੇਲ ਦੇ ਲਈ 1, ਐਕਸ ਸਰਵਿਸਮੈਨ ਜਨਰਲ ਦੇ ਲਈ 1, ਐਕਸ ਸਰਵਿਸਮੈਨ BC ਦੇ ਲਈ 1, ਫੀਮੇਲ ਦੇ ਲਈ 1, SC ਦੇ ਲਈ 1, ਸਪੋਰਟਸ ਕੋਟਾ ਦੇ ਲਈ ਜਿਹੜੀ ਹੈ ਜੀ 1 ਆਊਟ ਹੋਈ ਹੈ, ਫਿਜ਼ੀਕਲ ਹੈਂਡੀਕੈਪ ਦੇ ਲਈ 1 ਆਊਟ ਹੋਈ ਹੈ। ਇਸ ਦੇ ਵਿੱਚ ਅਗਰ ਅਸੀਂ ਤੁਹਾਡੀ ਸੈਲਰੀ ਦੀ ਗੱਲ ਕਰਦੇ 29,200 ਰਹੇਗੀ, ਔਰ ਉਸ ਤੋਂ ਬਾਅਦ ਕੁਆਲੀਫਿਕੇਸ਼ਨ ਦੀ ਅਤੇ ਐਕਸਪੀਰੀਅੰਸ ਦੀ ਗੱਲ ਕਰਦੇ ਹਾਂ ਤਾਂ 10th+2 ਤੁਸੀਂ ਅਗਰ ਪਾਸ ਕੀਤੀ ਹੋਈ ਰੈਕੋਗਨਾਈਜ਼ ਬੋਰਡ ਯੂਨੀਵਰਸਿਟੀ ਤੋਂ, ਪਲੱਸ BSC ਨਰਸਿੰਗ ਕੀਤੀ ਹੋਈ ਹੈ, ਜਾਂ 3 ਸਾਲ ਦਾ ਡਿਪਲੋਮਾ ਕੀਤਾ ਜਨਰਲ ਨਰਸਿੰਗ ਦਾ, ਮਿਡਵਾਈਫਰੀ ਦਾ ਕਿਸੇ ਰੈਕੋਗਨਾਈਜ਼ ਯੂਨੀਵਰਸਿਟੀ ਇੰਸਟੀਚਿਊਟ ਤੋਂ, ਤੁਸੀਂ ਇਹਦੇ ਲਈ ਅਪਲਾਈ ਕਰ ਸਕਦੇ ਹੋ। ਔਰ ਤੁਸੀਂ ਜਿਹੜੇ ਨੇ ਪੰਜਾਬ ਨਰਸਿੰਗ ਰਜਿਸਟਰਿੰਗ ਕੌਂਸਲ ਦੇ ਲਈ ਰਜਿਸਟਰ ਹੋਣੇ ਚਾਹੀਦੇ ਨੇ, ਔਰ ਤੁਹਾਡਾ ਜਿਹੜਾ ਪੰਜਾਬੀ ਸਬਜੈਕਟ ਨਾਲ 10ਵੀਂ ਪਾਸ ਹੋਣਾ ਬਹੁਤ ਜ਼ਰੂਰੀ ਹੈ ਜੀ। ਉਸ ਤੋਂ ਬਾਅਦ ਨੈਕਸਟ ਅਸੀਂ ਗੱਲ ਕਰਦੇ ਹਾਂ ਇਸ ਦੇ ਵਿੱਚ ਕਿ ਤੁਹਾਡੀ ਐਪਲੀਕੇਸ਼ਨ ਫੀ ਕੀ ਰਹੇਗੀ। ਇਹਦੇ ਲਈ ਤੁਹਾਨੂੰ 1180 ਰੁਪਏ ਜਿਹੜੀ ਹੈ ਫੀ ਪੇ ਕਰਨੀ ਹੈ, ਜੋ ਕਿ 1000 ਰੁਪਏ ਤੁਹਾਡੀ ਫੀ ਹੈ, ਔਰ 180 ਰੁਪਏ ਤੁਹਾਡਾ GST ਹੈ। SC ਕੈਂਡੀਡੇਟ ਦੇ ਲਈ ਤੁਹਾਨੂੰ 590 ਰੁਪਏ ਫੀ ਕਰਨੀ ਹੈ, 90 ਰੁਪਏ ਤੁਹਾਡਾ GST, ਔਰ 500 ਰੁਪਏ ਤੁਹਾਡੀ ਐਪਲੀਕੇਸ਼ਨ ਫੀ ਰਹੇਗੀ ਜੀ। ਇਸ ਦੇ ਵਿੱਚ ਤੁਹਾਡੀ ਏਜ ਲਿਮਿਟ ਦੀ ਗੱਲ ਕਰੀਏ ਤਾਂ ਮੈਕਸਿਮਮ 37 ਸਾਲ ਤੱਕ ਦੇ ਕੈਂਡੀਡੇਟ ਐਲੀਜੀਬਲ ਨੇ, ਔਰ ਏਜ ਰਿਲੈਕਸੇਸ਼ਨ ਐਸ ਪਰ ਗਵਰਨਮੈਂਟ ਰੂਲ ਦਿੱਤੀ ਜਾਏਗੀ ਜੀ। ਐਪਲੀਕੈਂਟ ਜਿਹੜੀ ਕੁਆਲੀਫਿਕੇਸ਼ਨ ਜਿਹੜੀ ਉਹ ਪੂਰੀ ਐਕਵਾਇਰ ਕਰਦੇ ਹੋਣੇ ਚਾਹੀਦੇ ਨੇ ਲਾਸਟ ਡੇਟ ਤੱਕ। ਇਸ ਦੇ ਵਿੱਚ ਤੁਹਾਡੀ ਸਿਲੈਕਸ਼ਨ ਪ੍ਰੋਸੀਜਰ ਦੀ ਅਗਰ ਅਸੀਂ ਗੱਲ ਕਰੀਏ, ਰਿਟਨ ਟੈਸਟ ਹੋਏਗਾ ਜਿਹਦੇ ਵਿੱਚ ਤੁਸੀਂ ਜਿਹੜਾ ਹੈ ਤੁਹਾਨੂੰ ਜਿਹੜਾ ਰਿਟਨ ਟੈਸਟ ਦੇਣਾ ਪਏਗਾ, ਔਰ ਉਹਦੇ ਬੇਸਿਸ ਤੁਹਾਡੀ ਸਿਲੈਕਸ਼ਨ ਜਿਹੜੀ ਹੈ ਇਹਦੇ ਵਿੱਚ ਹੋਏਗੀ ਜੀ। ਹੁਣ ਅਸੀਂ ਗੱਲ ਕਰਦੇ ਹਾਂ ਜਿਹੜਾ ਕਿ ਸੈਕਿੰਡ ਨੋਟੀਫਿਕੇਸ਼ਨ ਆਊਟ ਕੀਤਾ ਗਿਆ ਹੈ, ਇਹ ਵੀ ਆਊਟ ਕੀਤਾ ਗਿਆ ਹੈ ਜੀ। ਜਿਹੜਾ ਇਹਦੇ ਵਿੱਚ ਟੋਟਲ ਜਿਹੜੀਆਂ ਅਸਾਮੀਆਂ ਆਊਟ ਕੀਤੀਆਂ ਗਈਆਂ ਨੇ ਉਹ ਤੁਸੀਂ ਦੇਖ ਪਾ ਰਹੇ ਹੋ। ਇਹਦੇ ਵਿੱਚ ਵੀ ਜਿਹੜੀਆਂ ਅਸਾਮੀਆਂ ਨੇ ਉਹ ਆਊਟ ਕੀਤੀਆਂ ਗਈਆਂ ਨੇ ਸਟਾਫ ਨਰਸ ਦੀਆਂ। ਸੋ ਇਸਦੇ ਵਿੱਚ 473 ਅਸਾਮੀਆਂ ਜਿਹੜੀਆਂ ਨੇ ਸਟਾਫ ਨਰਸ ਦੀਆਂ ਉਹ ਆਊਟ ਕੀਤੀਆਂ ਗਈਆਂ ਨੇ। ਇਸ ਦੇ ਬੇਸਿਸ 'ਤੇ ਤੁਹਾਡੀ ਜਿਹੜੀ ਸਿਲੈਕਸ਼ਨ ਹੋਏਗੀ ਮੈਰਿਟ ਬੇਸਿਸ 'ਤੇ ਹੋਏਗੀ, ਜਿਹਦੇ ਇੱਕ ਕਾਮਨ ਮੈਰਿਟ ਲਿਸਟ ਬਣੇਗੀ, ਔਰ ਇਹਨਾਂ ਪੋਸਟਾਂ ਲਈ ਔਰ ਤੁਹਾਡੇ ਉਸ ਬੇਸਿਸ ਤੁਹਾਡੀ ਸਿਲੈਕਸ਼ਨ ਹੋਣ ਜਾ ਰਹੀ ਹੈ। ਇਹਨਾਂ ਨੇ ਕੈਟਾਗਰੀ ਵਾਈਜ਼ ਪੋਸਟਾਂ ਨੂੰ ਬਾਇਫਰਕੇਟ ਕੀਤਾ ਹੈ, ਤੁਸੀਂ ਆਪਣੀ ਕੈਟਾਗਰੀ ਵਾਈਜ਼ ਚੈੱਕ ਕਰਕੇ ਹੀ ਅਪਲਾਈ ਕਰਨਾ ਜੀ। ਇਸ ਦੇ ਵਿੱਚ ਵੀ ਅਪਲਾਈ ਕਰਨ ਦਾ ਤਰੀਕਾ ਸੇਮ ਹੀ ਆ, ਔਨਲਾਈਨ ਤੁਹਾਨੂੰ ਅਪਲਾਈ ਕਰਨਾ ਪਏਗਾ, ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਦੇ ਦਿੱਤਾ ਜਾਏਗਾ। ਔਨਲਾਈਨ ਤੁਸੀਂ ਇਹਦੇ ਲਈ ਅਪਲਾਈ ਕਰਨਾ ਹੈ, ਔਰ ਇਸ ਦੇ ਵਿੱਚ ਤੁਹਾਡੀ ਸਿਲੈਕਸ਼ਨ ਔਰ ਪੇ ਸਕੇਲ ਸਭ ਕੁਝ ਸੇਮ ਰਹੇਗਾ। ਸੋ ਤੁਸੀਂ ਜਿਹੜਾ ਇੱਕ ਵਾਰੀ ਪ੍ਰੋਪਰ ਜਿਹੜਾ ਨੋਟੀਫਿਕੇਸ਼ਨ ਨੂੰ ਰੀਡ ਆਊਟ ਕਰਦੇ ਹੋਏ ਹੀ ਅਪਲਾਈ ਕਰਨਾ ਜੀ। ਦੋ ਅਲੱਗ ਅਲੱਗ ਪੋਸਟਾਂ ਨੇ 30 ਔਰ 473, ਟੋਟਲ ਅਸੀਂ ਗੱਲ ਕਰੀਏ ਤਾਂ 500 ਜਿਹੜੀਆਂ ਨੇ ਕੁਝ ਪੋਸਟ ਆਈਡੀ ਨੇ ਬਣਦੀਆਂ ਨੇ। ਸੋ ਤੁਸੀਂ ਅਗਰ ਇਹਦੇ ਲਈ ਇਲੀਜੀਬਲ ਹੋ ਤਾਂ ਜ਼ਰੂਰ ਅਪਲਾਈ ਕਰੋ। ਅਤੇ ਹੁਣ ਅਸੀਂ ਗੱਲ ਕਰਦੇ ਹਾਂ ਸੈਕਿੰਡ ਨੋਟੀਫਿਕੇਸ਼ਨ ਜਿਹੜਾ ਕਿ ਅਲੱਗ ਡਿਪਾਰਟਮੈਂਟ ਵੱਲੋਂ ਆਊਟ ਕੀਤਾ ਗਿਆ ਹੈ। ਇਹ ਸੈਕਿੰਡ ਨੋਟੀਫਿਕੇਸ਼ਨ ਤੁਸੀਂ ਦੇਖ ਪਾ ਰਹੇ ਹੋ, ਜੋ ਕਿ ਅਧੀਨ ਸੇਵਾਵਾਂ ਚੋਣ ਬੋਰਡ ਪੰਜਾਬ ਵੱਲੋਂ ਆਊਟ ਕੀਤਾ ਗਿਆ, ਜੋ ਕਿ 1 ਵਿਭਾਗ ਸੈਕਟਰ 68 SCS ਨਗਰ ਮੁਹਾਲੀ ਵੱਲੋਂ ਆਊਟ ਕੀਤਾ ਗਿਆ। ਇਸ ਦੇ ਵਿੱਚ ਤੁਹਾਡੀ ਜਿਹੜੀ ਹੈ ਲਾਸਟ ਡੇਟ ਅਪਲਾਈ ਕਰਨ ਦੀ ਹੈਗੀ ਹੈ ਜੀ 10/5/2021 ਤੱਕ। ਤੁਸੀਂ ਔਨਲਾਈਨ ਆਰਾਮ ਨਾਲ ਸਬਮਿਟ ਕਰ ਸਕਦੇ ਹੋ, ਅਪਲਾਈ ਕਰਨਾ ਆਲਰੇਡੀ ਸਟਾਰਟ ਹੋ ਚੁੱਕਾ ਹੈ। ਇਸ ਦੇ ਵਿੱਚ ਤੁਸੀਂ ਨੈਕਸਟ ਦੇਖ ਪਾ ਰਹੇ ਹੋ ਜਿਹੜੇ ਪੰਜਾਬ ਦੇ ਵਿੱਚ 27 ਅਸਾਮੀਆਂ ਭਰਨੀਆਂ ਨੇ, ਉਹ ਇਹਨਾਂ ਦੀ ਵੈਬਸਾਈਟ ਦੇ ਉੱਤੇ ਅਪਡੇਟਡ ਹੈ, ਜੋ ਕਿ ਮੱਛੀ ਪਾਲਣ ਅਫਸਰ ਦੀਆਂ ਹੈਗੀਆਂ ਨੇ। ਇਹਦੇ ਲਈ ਤੁਸੀਂ ਅਪਲਾਈ ਕਰ ਸਕਦੇ ਹੋ ਅਗਰ ਐਲੀਜੀਬਲ ਹੋ ਜੀ। ਇਸ ਦੇ ਵਿੱਚ ਅਗਰ ਅਸੀਂ ਗੱਲ ਕਰੀਏ ਤਾਂ ਇਹਦੇ 'ਚ ਮੱਛੀ ਪਾਲਣ ਅਫਸਰ ਦੀਆਂ ਪੋਸਟਾਂ ਨੇ, ਅਗਰ ਤੁਸੀਂ ਬੈਚਲਰ ਡਿਗਰੀ ਫਿਸ਼ਰੀ ਸਾਇੰਸ ਦੇ ਵਿੱਚ ਕੀਤੀ ਹੋਈ ਹੈ, ਰੈਕੋਗਨਾਈਜ਼ ਬੋਰਡ ਯੂਨੀਵਰਸਿਟੀ ਤੋਂ, ਤੁਸੀਂ ਇਹਦੇ ਲਈ ਅਪਲਾਈ ਕਰ ਸਕਦੇ ਹੋ। ਬੈਚਲਰ ਡਿਗਰੀ ਸਾਇੰਸ ਜੂਲੋਜੀ ਰੈਕੋਗਨਾਈਜ਼ ਯੂਨੀਵਰਸਿਟੀ ਬੋਰਡ ਤੋਂ ਹੈਗੀ ਹੈ, ਤਾਂ ਤੁਸੀਂ ਇਹਦੇ ਲਈ ਅਪਲਾਈ ਜ਼ਰੂਰ ਕਰੋ। ਜਾਂ ਤੁਹਾਡੇ ਕੋਲ ਡਿਪਲੋਮਾ ਹੈਗਾ ਇਨਲੈਂਡ ਫਿਸ਼ਰੀ ਦਾ ਕਿਸੇ ਵੀ ਰੈਕੋਗਨਾਈਜ਼ ਇੰਸਟੀਚਿਊਟ ਤੋਂ, ਤੁਸੀਂ ਇਹਦੇ ਲਈ ਐਲੀਜੀਬਲ ਹੋ, ਅਪਲਾਈ ਕਰ ਸਕਦੇ ਹੋ। ਇਸ ਦੇ ਵਿੱਚ ਬਾਕੀ ਜਿਹੜੀਆਂ ਹਦਾਇਤਾਂ ਨੇ ਉਹ ਸਾਰੀ ਡਿਟੇਲ ਨੀਚੇ ਮੈਂਸ਼ਨ ਕੀਤੀ ਹੋਈ ਹੈ, ਔਰ ਇਹਦੇ ਲਈ ਤੁਹਾਡੀ ਸੈਲਰੀ ਜਿਹੜੀ ਹੈ 35,400 ਰਹੇਗੀ ਜੀ। ਔਰ ਇਸ ਦੇ ਵਿੱਚ ਨੈਕਸਟ ਅਸੀਂ ਅਗਰ ਗੱਲ ਕਰੀਏ, ਇਹਨਾਂ ਨੇ
कैटागरी वाइज जिहड़ियां ने बाइफरकेट कीतियां वैकेंसीज वो तुसीं अपने अकॉर्डिंगली चैक कर सकते हो। ये सीगा जी नोटिफिकेशन जिस दे विच तुसीं ऑनलाइन अप्लाई करना है। ऑनलाइन अप्लाई करने लई कैटागरी कोड तुसीं देख पा रहे हो जी, ये कैटागरी कोड तुसीं जरूर एक बारी चैक कर लेना। तो अगर तुहानूं कोई किसी तरह का भी कोई सुजैशन है या तुहानूं कोई भी डाउट है तुसीं सानूं कमेंट करो, असीं तुहानूं रिप्लाई जरूर करांगे जी। ये जिहड़े ने टोटल इंस्ट्रक्शनस मैनशन कीतियां होईयां ने, उम्र हद जिहड़ी है 37 साल तक के कैंडिडेट एलीजिबल ने इहदे विच अप्लाई कर सकते हैं और एज रिलैक्सेशन एज पर गवर्नमेंट रूल तुहानूं जिहड़ी दित्ती जाएगी। इहदे विच तुहाडी एप्लीकेशन फी जिहड़ी है वह रहेगी जी 1000 रुपये जनरल कैटेगरी के लिए, एससी बीसी कैंडिडेट ईडब्ल्यूएस के लिए 250 रुपया, साबका फौजी लिए 200 रुपया, दिव्यांग हैंडीकैप फिजिकल के लिए 500 जिहड़े ने फी पे करनी होएगी जी। ये नोटिफिकेशन जिहड़े रिसेंटली आउट होया तुसीं एक बार चैक करके जरूर चैक कर लेना। सिलेक्शन प्रोसीजर तुहाडा ऑब्जेक्टिव टाइप टेस्ट होएगा उस दे बेसिस ते होएगा। कोई भी कमेंट होवे सानू जिहड़ा तुसीं दसो जरूर एक बार करके, ताकि सजेशन तुहाडे जिहड़े ने असीं पूरे कर सकीए। ये सीगा जी अज दा नोटिफिकेशन, हुण मैं तुहानूं मिलांगा नवी नोटिफिकेशन दे नाल नवी वीडियो। तद तक दे लई धन्नवाद जी।